ਕਿ ਸਾਂਝਾ ਦੇਖ ਰਹੇ ਤੁਸੀਂ ਤੇ ਮੈਂ ਆ ਰੋਹਿਤ ਪੱਕਾ ਇਸ ਵਕਤ ਜਸ਼ਨ ਦਾ ਮਾਹੌਲ ਸ਼ੁਰੂ ਹੋ ਚੁੱਕਿਆ ਔਰ ਚੇਤਨ ਸਿੰਘ ਜੋੜਾ ਮਾਜਰਾ ਜਿਵੇਂ ਨਾਲੇ ਚੇਤਨ ਜੀ ਅੱਜ ਤੋਂ ਮਾਰਚ ਅਪ੍ਰੈਲ ਦੇ ਵਿੱਚ ਢੋਲ ਵੱਜੇ ਸੀ ਦੁਬਾਰੇ ਫੇਰ ਇਸੇ ਮਹੱਲੇ ਦੇ ਵਿੱਚ ਢੋਲ ਵੱਜਨੇ ਸ਼ੁਰੂ ਹੋ ਗਏ ਕਿਉਂਕਿ ਦੇਸ਼ ਦੇ ਲੋਕ ਬਦਲਾਅ ਚਾਹੁੰਦੇ ਨੇ ਉਹ ਦਿੱਲੀ ਦੇ ਵਿੱਚ ਜਿਹੜੀ ਐਮਸੀਡੀ ਜਿੱਤਣ ਦਾ ਮਤਲਬ ਹੈ ਉਹਦਾ ਮਤਲਬ ਹੈ ਦਿੱਲੀ ਦੇ ਲੋਕ ਨੇ ਜਿਹੜੇ ਉਹ ਬੀਜਪੀ ਬੀਜਪੀ ਤੋਂ ਨਾ ਖੁਸ਼ ਨੇ ਕਿਉਂਕਿ ਲੰਬੇ ਸਮੇਂ ਤੋਂ ਕਰਨਾ ਕਰਾਉਣਾ ਕੁਝ ਨਹੀਂ ਲੰਬੇ ਸਮੇਂ ਤੋਂ ਐਮਸੀਡੀ ਦੇ ਉੱਤੇ ਜਿਹੜੀ ਬੀਜਪੀ ਬੈਠੀ ਹੋਈ ਦੀ ਸੋ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਵੜਤਾ ਜਿਹੜੀ ਉਹ ਦਿੱਲੀ ਐਮਸੀਡੀ ਇਲੈਕਸ਼ਨ ਚ ਮਿਲੀ ਆ ਹੁਣ ਆਉਣ ਵਾਲਾ ਸਮਾਂ ਜਿਹੜਾ ਉਹ ਦਿੱਲੀ ਦੇ ਲੋਕਾਂ ਵਾਸਤੇ ਬਹੁਤ ਚੰਗਾ ਦਿੱਲੀ ਦੇ ਲੋਕਾਂ ਵਾਸਤੇ ਨਹੀਂ ਸਾਰੇ ਦੇਸ਼ ਦੇ ਲੋਕਾਂ ਵਾਸਤੇ ਆਉਣ ਵਾਲਾ ਸਮਾਂ ਜਿਹੜਾ ਬੜਾ ਚੰਗਾ 2013 ਦਾ ਜ਼ਿਕਰ ਕਰ ਲਈ ਅੰਦਰ ਚੱਲਦੇ ਆ ਨੰਨ ਨਾਲ 13 ਦੇ ਵਿੱਚ ਆਮ ਆਦਮੀ ਪਾਰਟੀ ਪਹਿਲੀ ਵਾਰ ਜਿੱਤੀ ਸੀ 15 ਸਾਲ ਦਾ ਕਾਂਗਰਸ ਦਾ ਰਿਕਾਰਡ ਸੀਗਾ ਜਿਹਨੂੰ ਤੋੜ ਕੇ ਆਮ ਆਦਮੀ ਪਾਰਟੀ ਆਉਂਦੀ ਹੈ ਔਰ ਅੱਜ ਦੀ ਗੱਲ ਕਰ ਲਈਏ ਤਾਂ ਅੱਜ ਦਾ ਸਮਾਂ ਉਹ ਸਮਾਂ ਜਦੋਂ ਬੀਜੇਪੀ ਦੀ 15 ਸਾਲਾਂ ਦਾ ਰਿਕਾਰਡ ਤੋੜ ਕੇ ਫਿਰ ਇੱਕ ਵਾਰ ਐਮਸੀਡੀ ਚ ਵਾਪਸੀ ਹੋ ਰਹੀ ਅਰਵਿੰਦ ਕੇਜੀਵਾਲ ਦੇਸ਼ ਵਾਸਤੇ ਇੱਕੋ ਇੱਕ ਅਹਜਾ ਲੀਡਰ ਹੈ ਜਿਹਦੀ ਕੋਈ ਤੋੜ ਨਹੀਂ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਰਵਿੰਦ ਕੇਜੀਵਾਲ ਜੀ ਕੱਲੇ ਦਿੱਲੀ ਦੀ ਨਹੀਂ ਪੰਜਾਬ ਦੀ ਨਹੀਂ ਉਹ ਗੁਜਰਾਤ ਦੀ ਨਹੀਂ ਹਰਿਆਣਾ ਦੀ ਨਹੀਂ ਸਾਰੇ ਦੇਸ਼ ਦੇ ਉੱਤੇ ਜਿਹੜਾ ਆਮ ਆਦਮੀ ਪਾਰਟੀ ਦਾ ਪਰਚਮ ਹੈ ਜੜੋਲ ਹੈ ਰੋਮ ਦਾ ਦੋ ਮੰਤਰੀ ਨਾਲ ਹੋ ਗਏ ਨੇਗੇ ਨਾਲ ਜਿੰਪਾ ਜੀ ਵੀ ਆ ਗਏ ਨੇ ਕਟਾਰੂ ਚੱਕ ਜੀ ਵਰਕਰ ਨੇ ਜਿੰਪਾ ਜੀ ਇਹ ਜੱਗ ਵੱਡੀ ਜਿੱਤ ਹੈ ਲਈ ਦੇਸ਼ ਦਾ ਦਿਲ ਹੈ ਅਗਰ ਦਿੱਲੀ ਜੇ ਅੱਜ ਸੜੀਆ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਜਿਹੜਾ ਲੋਕਾਂ ਨੇ ਜਿੱਥੇ ਵਿਧਾਨ ਸਭਾ ਦੇ ਵਿੱਚ ਤਿੰਨ ਵਾਰੀ ਲਗਾਤਾਰ ਉੱਥੇ ਐਮਸੀਡੀ ਤੇ ਅੱਜ ਫਤਵਾ ਦੇ ਕੇ ਲੋਕਾਂ ਨੇ ਆਪਣਾਉਣ ਵਾਲਾ ਜਿਹੜਾ ਫਿਊਚਰ ਹੈ ਦੇਸ਼ ਦਾ ਉਹਨੂੰ ਕਲੀਅਰ ਕਰ ਦਿੱਤਾ ਵੀ ਕਿੱਦਾਂ ਦਾ ਹੋਣਾ ਚਾਹੀਦਾ ਔਰ ਕਿਹੜੀ ਪਾਰਟੀ ਦੇ ਹੱਥ ਹੋਣਾ ਚਾਹੀਦਾ 7 ਤਰੀਕ ਅੱਜ ਆ 8 ਤਰੀਕ ਨੂੰ ਕੱਲ ਨੂੰ ਵੀ ਇੱਥੇ ਮਿਲੋਗੇ ਆ ਮੈਂ ਹੁਸੈਨ ਦਾ ਮੈਨੂੰ ਕਿਤੇ ਜਾਣਾ ਪਵੇ ਕੱਲ ਨੂੰ ਨਤੀਜੇ ਇਹ ਜੇ ਹੋਣਗੇ ਕਹਿੰਦਾ ਮਤਲਬ ਇਹ ਹਾਂ ਉਹ ਹਾਂ ਨਤੀਜਿਆਂ ਲਈ ਉਹ ਵੀ ਨਤੀਜੇ ਵਧੀਆ ਆਊਗਾ ਦੇਖੋ ਗੱਲ ਪਤਾ ਕੀ ਹੈ ਇੰਨਾ ਫਤਵਾ ਲੋਕ ਦੇ ਰਹੇ ਲੋਕ ਬਦਲਾਪ ਦੇ ਮੂਡ ਦੇ ਵਿੱਚ ਹੈ ਜਿੰਨਾ ਮਰਜ਼ੀ ਅੱਜ ਤੁਸੀਂ ਲੋਕਾਂ ਨੂੰ ਝੂਠ ਬੋਲ ਕੇ ਲੋਕਾਂ ਨੂੰ ਸਬਜ਼ ਬਾਗ ਦਿਖਾ ਕੇ ਗੁਜ਼ਾਰਾ ਨਹੀਂ ਕਰ ਸਕਦੇ ਔਰ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਗੱਲ ਹੈ ਸਾਡੇ ਸੁਪਰੀਮੋ ਰਵਿੰਦ ਕੇਜਰੀਵਾਲ ਸਾਹਿਬ ਜੋ ਕਹਿੰਦੇ ਆ ਉਹ ਕਰਦੇ ਆ ਸਾਡੇ ਮਾਨਜਕ ਮੁੱਖ ਮੰਤਰੀ ਭਗਵੰਤ ਮਾਨ ਜੀ ਜੋ ਕਹਿੰਦੇ ਆ ਉਹ ਕਰਦੇ ਆ ਜ਼ਮੀਨ ਦੇ ਉੱਤੇ ਕਰਦੇ ਆ ਫਿਲਹਾਲ ਦੀ ਘੜੀ ਆਮ ਆਦਮੀ ਪਾਰਟੀ ਕਿ ਖੇਤਰੀ ਪਾਰਟੀ ਦੇ ਤੌਰ ਤੇ ਕੰਮ ਕਰ ਰਹੀ ਹੈਗੀ ਕੱਲ ਨੂੰ ਜੇ ਗੁਜਰਾਤ ਚ 70% ਵੋਟ ਆ ਗਈ ਨਾ ਨੈਸ਼ਨਲ ਪਾਰਟੀ ਦਾ ਦਰਜਾ ਜਿਹੜਾ ਉਹ ਮਿਲਣਾ ਤੋਂ ਕਲੀਅਰ ਹੋ ਜਾਏਗਾ ਤਾਂ ਲੱਗਦਾ ਕਿ ਕੱਲ ਦਾ ਦਿਨ ਇੱਕ ਦਿਨ ਸੀਗਾ 8 8 ਦਸੰਬਰ 2013 ਦਾ ਜਦੋਂ ਪਾਰਟੀ ਵਿਧਾਨ ਸਭਾ ਜਾਂਦੀ ਹੈ ਔਰ ਇੱਕ ਦਿਨ ਹੋਗਾ ਕੱਲ ਦਾ 8 ਦਸੰਬਰ 2022 ਦਾ ਜਦੋਂ ਸ਼ਾਇਦ ਨੈਸ਼ਨਲ ਪਾਰਟੀ ਬਣ ਜਾਈ ਇਹ ਜਿਹੜੀ ਤੁਸੀਂ ਗੱਲ ਕਹੀ ਹੈ ਇਹ ਤਾਇਆ ਨੈਸ਼ਨਲ ਪਾਰਟੀ ਦਾ ਹੈ ਪਾਰਟੀ ਦਾ ਹੈ ਤਾਂ ਨੈਸ਼ਨਲ ਹੁਣ ਅੱਗੇ ਦੀ ਗੱਲ ਕਰ ਲਈਏ ਪੰਜਾਬ ਚ ਵੀ ਸਿਰ ਤੇਉਣ ਵਾਲੇ ਇਲੈਕਸ਼ਨ ਪਟਿਆਲਾ ਹੋਵੇ ਲੁਧਿਆਣਾ ਹੋਵੇ ਜਲੰਧਰ ਹੋਵੇ ਅਮਰitsar ਹੋਵੇ ਅਸੀਂ ਅਸੀਂ ਇਕੱਲਾ ਦਿੱਲੀ ਨਹੀਂ ਗੁਜਰਾਤ ਹਰਿਆਣਾ ਨਹੀਂ ਅਸੀਂ ਸਾਰੇ ਕਿਤੇ ਆ ਰਾਮਨਾਥ ਜਿੱਤਾਂਗੇ ਕਿਉਂਕਿ ਅਸੀਂ ਹੁਣ ਪੰਜਾਬ ਚ ਹਜੇ 8 ਮਹੀਨੇ ਹੋਇਆ ਸਰਕਾਰ ਬਣੀ ਨੂੰ ਤੁਸੀਂ ਆਉਣ ਵਾਲੇ ਸਮੇਂ ਜਿੰਨੀਆਂ ਵੀ ਇਲੈਕਸ਼ਨਾਂ ਪੰਜਾਬ ਦੇ ਵਿੱਚ ਹੋਣਗੀਆਂ ਉਹ ਸਾਰੀਆਂ ਫਤ ਪੈ ਜਿਹੜਾ ਆਮ ਆਦਮੀ ਪਾਰਟੀ ਦੇ ਹੱਕ ਚ ਹੋਊਗਾ ਸਰ ਦਿੱਲੀ ਦੇ ਅੰਦਰ ਜੇਸ ਤਰਾਂ ਆ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਮੈਂ ਸਮਝਦਾ ਆ ਜ ਇਤਿਹਾਸਕ ਦਿਨ ਔਰ ਇਸ ਦਿਨ ਦੇ ਉੱਤੇ ਦਿੱਲੀ ਦੇ ਤਮਾਮ ਲੋਕਾਂ ਨੂੰ ਸਜਦਾ ਦਿੱਲੀ ਦੇ ਤਮਾਮ ਲੋਕਾਂ ਨੂੰ ਸਾਡਾ ਜਿਹੜਾ ਪ੍ਰਣਾਮ ਹੈ ਤੇ ਜਿਹੜੇ ਲੋਕ ਉੱਤੇ ਜਿੱਤੇ ਆ ਉਹਨਾਂ ਸਾਰਿਆਂ ਨੂੰ ਵੀ ਸਾਡੀਆਂ ਵਧਾਈਆਂ ਨੇ ਨਾ ਕੇਵਲ ਆਮ ਆਦਮੀ ਪਾਰਟੀ ਦੇ ਹੋਰ ਵੀ ਜਿਹੜੇ ਜਿੱਤੇ ਆ ਸਭ ਨੂੰ ਵਧਾਈਆਂ ਨੇ ਸੋ ਮੈਂ ਇਹ ਮਹਿਸੂਸ ਕਰਦਾ ਵੀ ਜਿਹੜਾ ਦੇਸ਼ ਹੀ ਰਾਜਨੀਤੀ ਦੇ ਅੰਦਰ ਆਮ ਆਦਮੀ ਪਾਰਟੀ ਦਾ ਉਹਦੇ ਆ ਜਿਹੜਾ ਗੁੱਡ ਗਵਰਨੈਂਸ ਦਾ ਜਿਹੜਾ ਕਨਸੈਪਟ ਹੈ ਜਿਹੜਾ ਹਮੇਸ਼ਾ ਲੰਬੇ ਅਰਸੇ ਤੋਂ ਨੱਪਿਆ ਪਿਆ ਸੀਗਾ ਥੱਲੇ ਗੈਰ ਜ਼ਰੂਰੀ ਮੁੱਦੇ ਵਾਰ ਕੇ ਪੋਲੀਟੀਕਲ ਪਾਰਟੀਆਂ ਲੋਕਾਂ ਦੀਆਂ ਵੋਟਾਂ ਕੈਸ ਕਰਦੀਆਂ ਰਹੀਆਂ ਨੇ ਕਦੀ ਜਾਤਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਇਲਾਕਿਆਂ ਦੇ ਨਾਂ ਦੇ ਉੱਤੇ ਤੇ ਲੋਕਾਂ ਦੀਆਂ ਪੀੜਾਂ ਲੋਕਾਂ ਦੇ ਦੁੱਖ ਨੇ ਉਹਨਾਂ ਨੂੰ ਵਾਰ ਕੇ ਅੱਜ ਆਮ ਆਦਮੀ ਪਾਰਟੀ ਨੇ ਜਿਹੜਾ ਛੱਤਾ ਚਾਈ ਆ ਉਹਦਾ ਬਹੁਤ ਵੱਡਾ ਮੈਂ ਸਮਝਦਾ ਵੀ ਇਹ ਕ੍ਰੈਡਿਟ ਹੈ ਔਰ ਮੈਂ ਅਮਾਨ ਜੋਗਰਬੰਦ ਕੇਜਰੀਵਾਲ ਜੀ ਨੂੰ ਬਤਾਈ ਪਹ ਦਿੰਦੇ ਆ ਦਿੱਲੀ ਦੀ ਸਰਕਾਰ ਨੂੰ ਮੈਂ ਆਸ ਕਰਦਾ ਵੀ ਹੁਣ ਦਿੱਲੀ ਦੀ ਸਰਕਾਰ ਹੋਰ ਦੰਦਈ ਦੇ ਨਾਲ ਜਿਹਨਾਂ ਵੋਟਸ ਮਿਲਿਆ ਆ ਵੱਡੇ ਕੰਮ ਦਿੱਲੀ ਦੇ ਲੋਕਾਂ ਲਈ ਕੀਤੇ ਜਾਣਗੇ ਸੰਕਲਪ ਵੀ ਆ ਦੇਸ਼ ਦੇ ਲੋਕਾਂ ਨੂੰ ਜਿੱਥੇ ਗੁੱਡ ਗਵਰਨੈਂਸ ਮਿਲੇ ਉਥੇ ਟਰਾਂਸਪਰੈਂਸੀ ਵੀ ਆ ਤੇ ਨਾਲੇ ਭਰੋਸੇਯੋਗਤਾ ਸਿਆਸੀ ਜਮਾਤ ਦੀ ਜਿਹੜੀ ਕ੍ਰੈਡਿਬਿਲਟੀ ਮਤਲਬ ਜਿਹੜੀ ਆ ਮਤਲਬ ਹੋਈ ਆ ਖਰਾਬ ਲੋਕਾਂ ਦੇ ਮਨਾਂ ਦੇ ਅੰਦਰ ਜਿਹੜੀ ਪਰਛਾਵਾਂ ਸਨ ਬਣ ਗਈ ਆ ਕਿ ਸਭੇ ਪਾਰਟੀਆਂ ਚੋਰ ਨੇ ਸਭੇ ਲੋਕ ਜਿਹੜਾ ਰਾਜ ਭਾਗ ਤੇ ਆਣ ਤੋਂ ਬਾਅਦ ਪੈਸੇ ਇਕੱਠੇ ਕਰਦੇ ਆ ਆਮ ਆਦਮੀ ਪਾਰਟੀ ਨੇ ਉਹਨੂੰ ਮਤਲਬ ਜਿਹੜਾ ਆ ਇੱਕ ਸੰਵਿਧਾਨ ਬੰਨ ਮਾਰਿਆ ਤੇ ਅੱਜ ਦੇਸ਼ ਦੇ ਲੋਕਾਂ ਦਾ ਜਿਹੜਾ ਇਹ ਮੰਨਣਾ ਵੀ ਕੇਜਰੀਵਾਲ ਜੀ ਜੋ ਕਹਿੰਦੇ ਉਹ ਕਰਦੇ ਆ ਉਹਦਾ ਪ੍ਰਣਾਮ ਹੈ ਵੀ ਦਿੱਲੀ ਦੇ ਅੰਦਰ ਵੱਡੀ ਵੱਲੀ ਚਾ ਇੱਕ ਚਰਚਾ ਆਮ ਤੌਰ ਤੇ ਕਿ ਜਿੜੀ ਵਾਲ ਕਰਦੇ ਹੁੰਦੇ ਸੀ ਕਿ ਇਹ ਭਾਜਪਾ ਦੇ ਸਕੂਲ ਹੈ ਇਹ ਆਵਾਮ ਆਦਮੀ ਪਾਰਟੀ ਦੇ ਸਕੂਲ ਹੈ ਸਿੱਦੇ ਤੌਰ ਤੇ ਇਸ਼ਾਰਾ ਹੁੰਦਾ ਸੀ ਕਿ ਦਿੱਲੀ ਸਰਕਾਰ ਦੇ ਨੇ ਇਹ ਐਮਸੀਡੀ ਦੇ ਨੇ ਹੁਣ ਤਮਾਮ ਸਕੂਲ ਤਮਾਮ ਜਿਹੜੇ ਕਾਲਜ ਨੇ ਤਮਾਮ ਯੂਨੀਵਰਸਿਟੀਆਂ ਕੇ ਲਈ ਹਸਪਤਾਲ ਕੇ ਲਈ ਜਿਹੜੇ ਪਹਿਲਾਂ ਐਮਸੀਡੀ ਦੇ ਅੰਦਰ ਆਉਂਦੇ ਸੀ ਹੁਣ ਉਹ ਤੁਹਾਡੇ ਅੰਡਰ ਆ ਗਏ ਆ ਲੱਗਦਾ ਕਿ ਜਿਹੜੀਆਂ ਕੰਮ ਤੁਸੀਂ ਪਹਿਲਾਂ ਇਧਰਲੇ ਪਾਸੇ ਦੇ ਗਿਣਾਉਂਦੇ ਸੀ ਹੁਣ ਉਧਰਲੇ ਪਾਸੇ ਵੀ ਤੁਹਾਡੇ ਜਿੰਮੇ ਪੈ ਜਾਣਗੇ ਲਾਜ਼ਮੀ ਲਾਜ਼ਮੀ ਨਹੀਂ ਹੁਣ ਤਾਂ ਦਿੱਲੀ ਸਾਰੀ ਸਮਝ ਲਓ ਵੀ ਪ੍ਰਸ਼ਾਸਨਿਕ ਤੌਰ ਤੇ ਦਿੱ ਬਹੁਤ ਕੋ ਜਾਜੇ ਮਿਲਣਾ ਚਾਹੀਦਾ ਰਾਜਾਂ ਦੇ ਤੌਰ ਤੇ ਜਿਹੜੇ ਬਾਕੀ ਰਾਜਾਂ ਨੂੰ ਮਿਲੇ ਅਧਿਕਾਰ ਉਹ ਅਜੇ ਦਿੱਲੀ ਨੂੰ ਨਹੀਂ ਮਿਲੇ ਆ ਅਜੇ ਪੁਲਿਸ ਉਹਨਾਂ ਦੇ ਕੰਟਰੋਲ 'ਚ ਨਹੀਂ ਹੋਈ ਹੋਰ ਕਈ ਮਹਿਕਮੇ ਕੰਟਰੋਲ 'ਚ ਨਹੀਂ ਪਰ ਐਮਸੀਡੀ ਦੇ ਅੰਦਰ ਜਿੱਤ ਤੋਂ ਬਾਅਦ ਮੈਂ ਸਮਝਦਾ ਵੀ ਦਿੱਲੀ ਦੇ ਲੋਕਾਂ ਦੇ ਬਹੁਤ ਵੱਡੇ ਭਾਗ ਜਾਗੇ ਆ ਔਰ ਅਰਮਨ ਕੇਜਰੀਵਾੜ ਜਿਵੇਂ ਬਾਕੀ ਸਾਈਡਾਂ ਤੇ ਕੰਮ ਕਰ ਰਹੇ ਨੇ ਚਾਹੇ ਹੈਲਥ ਦਾ ਚਾਹੇ ਐਜੂਕੇਸ਼ਨ ਦਾ ਚਾਹੇ ਪਾਣੀ ਦਾ ਹੈਗਾ ਬਿਜਲੀ ਦਾ ਹੈਗਾ ਸੋ ਹੁਣ ਐਮਸੀਡੀ ਦੇ ਅੰਦਰ ਉਹਨਾਂ ਨੂੰ ਇੱਕ ਸਰਕਾਰ ਦੇ ਤੌਰ ਤੇ ਜਿਹੜਾ ਮੌਕਾ ਮਿਲਿਆ ਮੈਂ ਸਮਝਦਾ ਵੀ ਇਹ ਵੱਡੇ ਲਾਭ ਦਿੱਲੀ ਦੇ ਲੋਕਾਂ ਨੂੰ ਵੀ ਮਿਲਣਗੇ ਦੇ ਦੇ ਸੇ ਪੇਮਾਨੇ ਦੁਤੇ ਸਾਬਤ ਹੋ ਗਿਆ ਵੀ ਜਿਹੜੇ ਲੋਕ ਜੁਮਲੇ ਕਰਦੇ ਆ ਜਿਹੜੇ ਲੋਕ ਮਖੌਲ ਕਰਦੇ ਆ ਟਿਚ ਕਰਦੇ ਆ ਲੋਕਾਂ ਨੂੰ ਗੈਰ ਜ਼ਰੂਰੀ ਮੁੱਦੇ ਵਾਰ ਕੇ ਸਕਾਰਾ ਬਣਾਉਂਦੇ ਆ ਉਹਨਾਂ ਨੂੰ ਵੀ ਹੁਣ ਮੁੱਦਿਆਂ 'ਚ ਰਾਜਨੀਤੀ ਦਿਹਾਉਣਾ ਪਊਗਾ ਤੇ ਮੁੱਦੇ ਨੇ ਅੱਜ ਲੋਕਾਂ ਦਾ ਰੋਜ਼ਗਾਰ ਹੈ ਮੁੱਦੇ ਨੇ ਲੋਕਾਂ ਦੀ ਹੈਲਥ ਮੁੱਦੇ ਆ ਲੋਕਾਂ ਦਾ ਬਿਜਲੀ ਪਾਣੀ ਮੁੱਦੇ ਆ ਲੋਕਾਂ ਦਾ ਸਕੂਲ ਮੁੱਦੇ ਆ ਲੋਕਾਂ ਦਾ ਵਡਾਪਾ ਪੈਨਸ਼ਨ ਸੋ ਇਹਨਾਂ ਸਵਾਲਾਂ ਦੇ ਉੱਤੇ ਅੱਜ ਉਹਨਾਂ ਪਾਰਟੀਆਂ ਨੂੰ ਵੀ ਸੋਚਣਾ ਪਊ 2013 2013 ਦੇ ਵਿੱਚ ਆਮ ਆਦਮੀ ਪਾਰਟੀ ਵਿਧਾਨ ਸਭਾ ਪਹੁੰਚਦੀ ਹੈ ਵਿਧਾਨ ਸਭਾ ਜਿੱਦੀ ਹੈ 2022 ਦੇ ਵਿੱਚ ਅਜੇ 24 ਲਈ ਕੀ ਨਿਸ਼ਾਨਾ ਲੱਗ ਰਿਹਾ ਹੈ 24 ਦੀਆਂ ਤਿਆਰੀਆਂ ਜੀ ਪੂਰੀਆਂ ਸਾਡੀਆਂ ਆਸਾਂ ਤੇ ਉਮੀਦਾਂ ਨੇ ਦੇਸ਼ ਦੇ ਅੰਦਰ ਲੰਬੇ ਅਰਸੇ ਤੋਂ ਬਾਅਦ ਇੱਕ ਸਪੇਸ ਮਿਲਿਆ ਲੋਕਾਂ ਨੂੰ ਦਿਲ ਤੋਂ ਲੋਕ ਆਵਾਜ਼ੀ ਪਾਰਟੀ ਨੂੰ ਪਸੰਦ ਕਰ ਰਹੇ ਆ ਔਰ 24 ਦੀਆਂ ਪੂਰੀਆਂ ਤਿਆਰੀਆਂ ਨੇ ਔਰ ਪਾਰਟੀ ਇਹਦੇ ਲਈ ਜੋ ਵੀ ਰਣਨੀਤੀ ਬਣਾਉਗੀ ਉਸ ਰਣਨੀਤੀ ਦੇ ਮੁਤਾਬਕ ਕੰਮ ਹੋਣਗੇ ਇੱਕ ਵਾਰਾਂ ਦੇ ਮੋਦੀ ਨੂੰ ਆਮ ਆਦਮੀ ਪਾਰਟੀ ਵੱਲੋਂ ਬੜੀ ਗੰਭੀਰ ਚੁਣੌਤੀ ਮਿਲੀ ਆ ਸੋ ਮੈਂ ਸਮਝਦਾ ਵਿੱਚ 24 ਵੀ ਆ ਰਹੇ ਨੇੜੇ ਪੂਰੀਆਂ ਤਿਆਰੀਆਂ ਕਰਾਂਗੇ ਸਰਕਾਰ ਦੀ ਅੱਖਾਂ ਚੱਖਾਂ ਪਾਈ ਗੱਲਾਂ ਕਰਾਂਗੇ 24 24 ਵਿੱਚ ਕਬਜ਼ਾ ਜਿਹੜਾ ਅਗਲੀ ਲਹਿ ਤੇ ਕਰੋਗੇ ਪਹਿਲਾ ਕਬਜ਼ਾ ਸੀ ਵਿਧਾਨ ਸਭਾ ਦੂਜਾ ਕਬਜ਼ਾ ਐ ਐਮ ਸੀ ਡੀ ਤੀਸਰਾ ਕਬਜ਼ਾ ਹੁਣ ਐਲ ਜੀ ਕੇ ਲਈ ਜਾਂ ਦਿੱਲੀ ਦੀ ਪੁਲਿਸ ਕਹਿ ਲਈ ਦੇਖੋ ਐਲ ਜੀ ਦੇ 3 ਡੈਮੋਕ੍ਰੇਸੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਔਰ ਲੋਕਾਂ ਨੇ ਉਹਦਾ ਰਿਐਕਸ਼ਨ ਕਰਕੇ ਦੱਸਿਆ ਕਿ ਡੈਮੋਕ੍ਰੇਸੀ ਵਿੱਚ ਇਦਾਂ ਦਾ ਰਾਜ ਬਰਦਾਸ਼ਤ ਨਹੀਂ ਹੁੰਦਾ ਔਰ ਸਾਰੀਆਂ ਸੀੜੀਆਂ ਜਿਹੜੀਆਂ ਤਿੰਨ ਵਾਰੀ ਲੋਕਾਂ ਨੇ ਤਾਇ ਕੀਤੀ ਵਿਧਾਨ ਸਭਾ ਅੱਜ ਐਮਸੀਡੀ ਤਾਇ ਕੀਤੀ ਹੈ ਪੰਜਾਬ ਤਾਇ ਕੀਤਾ ਔਰ ਦੇਸ਼ ਦੇ ਵਿੱਚ 2024 ਵੀ ਤਾਇਆ ਫਿਲਹਾਲ ਬਿਲੋ ਚੱਲਿਆ ਤੁਹਾਡੇ ਤੋਂ ਜਾਸਤ ਲੈਂਦਾ ਦੇਸ਼ ਔਰ ਦੁਨੀਆ ਦੀ ਬਾਕੀ ਖਬਰਾਂ ਲਈ ਦੇਖਦੇ ਰਹੋ ਏਵੀਪੀ ਸਾਂਝਾ